ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਨਗਰ ਰੁੜਕਾ ਕਲਾਂ ਵਿਖੇ ਜਿਵੇਂ ਆਪਾਂ ਨੂੰ ਪਤਾ ਹੈ ਕਿ ਜਿਹੜੀ ਰੁੜਕਾ ਕਲਾਂ ਦੀ ਸੜਕ ਆ ਪਿਛਲੇ ਕਰੀਬ 4-5 ਸਾਲਾਂ ਤੋਂ ਲਗਾਤਾਰ ਜਿਹੜੇ ਆਪਾਂ ਸੰਘਰਸ਼ ਇਹ ਸੜਕ ਨੂੰ ਬਣਾਉਣ ਲਈ ਲਗਾਤਾਰ ਚੱਲਦਾ ਰਿਹਾ। ਅਤੇ ਪਹਿਲੀ ਚਾਹੇ ਕਾਂਗਰਸ ਦੀ ਸਰਕਾਰ ਸੀ ਚਾਹੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ ਆ, ਅਤੇ ਬਹੁਤ ਸਾਰੇ ਲਗਾਤਾਰ ਜਿਹੜੇ ਆ ਧਰਨੇ ਵੀ ਇਹ ਸੜਕ ਨੂੰ ਲੈ ਕੇ ਲਾਉਣੇ ਪਏ। ਆਪਾਂ ਨੂੰ ਪਤਾ ਆ ਬਡਾਲੇ ਧਰਨਾ ਲਾਉਣਾ ਪਿਆ, ਰੁੜਕੇ ਧਰਨਾ ਲਾਉਣਾ, ਬੋਪਾ ਰਾਏ ਲਗਭਗ 4 ਧਰਨੇ ਲਗਾ ਕੇ ਅਤੇ ਜਿਹੜੀ 10 ਕਿਲੋਮੀਟਰ ਦੀ ਸੜਕ ਆ ਇਹ ਬਣਾਉਣ ਲਈ ਇੰਨੇ ਜਿਹੜੇ ਆ ਲੋਕਾਂ ਨੂੰ ਖੱਜਲ ਖੁਆਰ ਹੋਣਾ ਪਿਆ ਸੀਗਾ। ਅਤੇ ਰੋਜ਼ ਦੀਆਂ ਇੱਥੇ ਨਿੱਤ ਦੀਆਂ ਵਾਰਦਾਤਾਂ ਟੋਇਆ ਟਿੱਪਿਆਂ ਦੇ ਕਾਰਨ ਜਿਹੜੀਆਂ ਹੋ ਰਹੀਆਂ ਸੀਗੀਆਂ, ਬਹੁਤ ਸਾਰੇ ਆਪਾਂ ਪਤਾ ਵੀ ਜਿਹੜੇ ਨੁਕਸਾਨ ਜਿਹੜੇ ਆ ਉਹ ਹੁੰਦੇ ਰਹੇ ਆ, ਅਤੇ ਕਿਉਂਕਿ ਟੋਇਆ ਟਿੱਪਿਆਂ ਵਿੱਚ ਅਤੇ ਗੱਡੀਆਂ ਦਾ ਨੁਕਸਾਨ ਹੁੰਦਾ ਅਤੇ ਬਹੁਤ ਸਾਰੇ ਐਕਸੀਡੈਂਟ ਵੀ ਲਗਾਤਾਰ ਹੁੰਦੇ ਰਹੇ ਆ। ਪਰ ਸਬੱਬੀ ਜਿਹੜੀ ਆ ਜਿਹੜੀ ਕਿਸ਼ਤ ਆ ਆਪਾਂ ਜਿਵੇਂ ਪਹਿਲਾਂ ਪਤਾ ਪਿਆ ਕਿਸ਼ਤਾਂ ਦੇ ਵਿੱਚ ਜਿਹੜੀ ਸੜਕ ਬਣਦੀ ਆ ਰਹੀ ਆ, ਅਤੇ ਹੁਣ ਇੱਕ ਕਿਸ਼ਤ ਜਿਹੜੀ ਸੀਗੀ ਆ ਬੋਟਾਂ ਦੇ ਵਿੱਚ ਦਰਮਿਆਨ ਜਿਹੜੀ ਸੜਕ ਬਣਾਈ ਗਈ ਸੀ। ਪਰ ਬੜੀ ਬੜੀ ਦੁੱਖ ਦੀ ਗੱਲ ਆ ਕਿ ਅੱਜ ਇੱਕ ਜਿਹੜੀ JCB ਜਿਹੜੀ ਹੁੰਦੀ ਆ ਚੇਨ ਵਾਲੀ ਜਿਹੜੀ ਹੈਗੀ ਆ ਮਸ਼ੀਨ ਇਹਦੀ ਜਿਹੜੀ ਆ ਸੜਕ ਦੇ ਉੱਪਰ ਦੀ ਲਗਾ ਦਿੱਤੀ ਗਈ ਆ, ਅਤੇ ਉਹ ਸੜਕ ਦਾ ਜਿਹੜਾ ਹਾਲ ਆ ਤੁਸੀਂ ਦੇਖ ਸਕਦੇ ਆ ਕਿਵੇਂ ਉਹ ਸੜਕ ਦੇ ਖੇਪੜ ਜਿਹੜੇ ਆ ਉਹ ਘੱਟ ਹੋ ਰਹੇ ਹੋ ਗਏ ਆ। ਅਤੇ ਮੌਜੂਦਾ ਸਮੇਂ ਜਿਹੜੇ ਰੁੜਕਾ ਕਲਾਂ ਦੇ ਵਿੱਚ ਪਿੰਡ ਵਾਸੀਆਂ ਵੱਲੋਂ ਜਿਹੜੀ ਮਸ਼ੀਨ ਜਿਹੜੀ ਆ ਸੜਕ ਦੇ ਉੱਪਰ ਲੰਘਾਈ ਗਈ ਸੀਗੀ ਉਹ ਟਰੱਕ ਹੁਣ ਉੱਪਰ ਲੱਦੀ ਜਾ ਚੁੱਕੀ ਹੈ ਮਸ਼ੀਨ ਭਾਵੇਂ, ਪਰ ਇਹ ਜਿਹੜੀ ਹੁਣ ਮਸ਼ੀਨ ਇੱਥੇ ਰੋਕ ਲਈ ਗਈ ਆ, ਅਤੇ ਪੁਲਿਸ ਨੂੰ ਵੀ ਜਿਹੜਾ ਹੁਣ ਤੱਕ ਇਨਫੋਰਮੇਸ਼ਨ ਜਿਹੜੀ ਦੇ ਦਿੱਤੀ ਗਈ ਅਤੇ ਸੰਬੰਧਿਤ ਵਿਭਾਗ ਜਿਹੜਾ PWD ਹੈਗਾ ਆ ਉਹਨੂੰ ਵੀ ਜਿਹੜੀ ਇਨਫੋਰਮੇਸ਼ਨ ਦਿੱਤੀ ਜਾ ਚੁੱਕੀ ਆ। ਅਤੇ ਜ਼ਰੂਰ ਅਸੀਂ ਜਿਹੜੇ ਇਹ ਸੰਬੰਧਿਤ ਵਿਭਾਗ ਗਏ ਆ ਅਤੇ ਉਹਨਾਂ ਨੂੰ ਇਹ ਵੀ ਬੇਨਤੀ ਕਰਾਂਗੇ ਜਿਹੜੀ ਸੜਕ ਮਸਾਂ ਤਾਂ ਬਣੀ ਅਜੇ ਵੀ ਕੰਪਲੀਟ ਨਹੀਂ ਹੋਈ, ਤਾਂ ਰੁੜਕਾ ਕਲਾਂ ਤੋਂ ਲੈ ਕੇ ਬਡਾਲੀ ਤੱਕ ਦਾ ਜਿਹੜਾ 3-4 ਕਿਲੋਮੀਟਰ ਦਾ ਏਰੀਆ ਉਹ ਅਜੇ ਤੱਕ ਵੀ ਪੈਂਡਿੰਗ ਪਿਆ ਆ, ਅਤੇ ਜਿੱਥੇ ਅਸੀਂ ਇਹ ਮੰਗ ਕਰਦੇ ਹਾਂ ਕਿ ਇਹ ਜਿਹੜੀ ਸੜਕ ਹੈਗੀ ਆ ਉਹ ਕੰਪਲੀਟ ਕੀਤੀ ਜਾਵੇ। ਪਰ ਜਿਹੜੀ ਆ ਇਨਸਾਨੀ ਗਲਤੀ ਦੇ ਨਾਲ JCB ਦੇ ਨਾਲ ਜਿਹੜੀ ਸੜਕ ਪੱਟੀ ਗਈ ਆ ਇਹਦਾ ਜਿਹੜਾ ਇਹਨੂੰ ਵੀ ਧਿਆਨ ਵਿੱਚ ਰੱਖ ਕੇ ਇਹਨਾਂ 'ਤੇ ਜਿੱਥੇ ਕਾਰਵਾਈ ਕਰਨ ਦੀ ਲੋੜ ਆ ਅਤੇ ਇਹ ਜਿਹੜੀ ਸੜਕ ਦੇ ਵਿੱਚ ਜਿਹੜਾ ਟੁੱਟ ਭੱਜ ਹੋਈ ਹੈ ਇਹਨੂੰ ਜਲਦ ਤੋਂ ਜਲਦ ਜਿਹੜਾ ਆ ਉਹ ਪੂਰਾ ਕਰਨ ਦੀ ਲੋੜ ਹੈਗੀ ਆ। ਉਹ ਸੰਬੰਧਿਤ ਵਿਭਾਗ ਅਤੇ ਪੁਲਿਸ ਵਿਭਾਗ ਅਜੇ ਤੱਕ ਮੌਕੇ 'ਤੇ ਨਹੀਂ ਪਹੁੰਚੇ, ਉਹਨਾਂ ਦੀ ਉਡੀਕ ਵਿੱਚ ਆ ਅਤੇ ਜ਼ਰੂਰ ਇਹ ਜਿਹੜੀ ਆ ਕਾਰਵਾਈ ਹੋਣੀ ਚਾਹੀਦੀ ਆ ਅਤੇ ਜਿਹੜਾ ਸੜਕ ਦਾ ਨੁਕਸਾਨ ਹੋਇਆ ਉਹਦੀ ਭਰਪਾਈ ਕੀਤੀ ਜਾਣੀ ਚਾਹੀਦੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।